ਬਟਾਲਾ ਦੇ ਇਲਾਕੇ ਵਿੱਚ 15 ਬੱਚਿਆਂ ਦੇ ਬਿਮਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਨੇ ਕਿਸੇ ਧਾਰਮਿਕ ਸਥਾਨ ਤੋਂ ਪ੍ਰਸਾਦ ਖਾਦਾ ਸੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਗੁਰਦਾਸਪੁਰ ਤੇ ਬਟਾਲਾ ਵਿਖੇ ਪੈਂਦੇ ਗੁਰੂ ਨਾਨਕ ਨਗਰ ਵਿਖੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇਲਾਕੇ ਦੇ ਤਕਰੀਬਨ 15 ਬੱਚਿਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹਨਾਂ ਬੱਚਿਆਂ ਦੀ ਹਾਲਤ ਧਾਰਮਿਕ ਸਥਾਨ ਤੋਂ ਮਿਲੇ ਪ੍ਰਸ਼ਾਦ ਨੂੰ ਖਾਣ ਨਾਲ ਹੋਈ ਹੈ। ਮੇਰੇ ਬੱਚੇ ਹੋਰਨਾਂ ਦੇ ਬੱਚੇ ਵੀ ਆਂਢ ਗੁਆਂਢ ਆਏ ਨੇ, ਜਦੋਂ ਪ੍ਰਸ਼ਾਦ ਲਾ ਗਏ ਅਪਲੇ ਟਪਲੀਆਂ ਗੱਲਾਂ ਮਾਰਨ ਦੇ ਪਏ ਨੇ, ਬੇਸੁਰਤ ਹੋ ਗਏ ਨੇ। ਡਾਕਟਰ ਰਵਿੰਦਰ ਕੋਲ ਖੜਿਆ, ਉਹਨੂੰ ਸਮਝ ਨਹੀਂ ਲੱਗੀ। ਉਹ ਪਹਿਲਾਂ ਤਾਂ ਕਹਿੰਦੇ ਦਿਮਾਗੀ ਦੌਰੇ, ਪਰ ਜਦੋਂ ਪਤਾ ਲੱਗਾ ਤਿੰਨਾਂ ਚੌਵਾਂ ਘਰਾਂ ਦੇ ਵਿੱਚ ਵੀ ਹੋਰ ਵੀ ਬੱਚਿਆਂ ਨੂੰ ਇਸ ਤਰ੍ਹਾਂ ਹੋ ਰਿਹਾ ਵਾ, ਫਿਰ ਸਾਨੂੰ ਪਤਾ ਲੱਗਾ ਬੱਚਿਆਂ ਨੂੰ ਕੋਈ ਨਸ਼ੇ ਵਾਲੀ ਚੀਜ਼ ਦਿੱਤੀ ਗਈ। ਸਾਡੇ ਗੁਆਂਢ ਬੱਚਾ ਇੱਕ ਹੋਰ, ਉਹ ਅਜੇ ਤੱਕ ਆਪਣੀਆਂ ਲੱਤਾਂ 'ਤੇ ਨਹੀਂ ਖਲੋਂਦੇ, ਨਾ ਸੁਰਤ ਕਰਨਾ, ਕਿਸੇ ਨੂੰ ਪਹਿਚਾਨਣ ਨਹੀਂ ਦਿਆ। ਉਹ ਰੋਜ਼ ਤਾਂ ਗੁਰਦੁਆਰੇ ਜਾਈਦਾ, ਫਲੀਆਂ ਦਾ ਪ੍ਰਸ਼ਾਦ ਲੈ ਦਿੰਦੇ ਆ, ਕੱਲ੍ਹ ਰਾਤੀ ਕੜਾਹ ਦਾ ਪ੍ਰਸ਼ਾਦ ਦਿੱਤਾ ਸੀ, ਤਾਂ ਕਰਕੇ ਬੱਚੇ ਨੂੰ ਸਵਾਦ ਲੱਗਾ, ਉਹਨੂੰ ਤਾਂ ਡੂੰਘਾ ਭਰ ਕੇ ਉਹਨਾਂ ਨੂੰ ਦੇਤਾ ਸੀ, ਅਤੇ ਉਹਨੂੰ ਸਵਾਦ ਲੱਗਾ, ਉਹਨੇ ਜ਼ਿਆਦਾ ਖਾ ਲਿਆ ਸਾਡੇ ਨਾਲੋਂ। ਰਾਤ ਨੂੰ ਪੱਥਰ ਵਰਗੂ ਹੋ ਗਿਆ ਸੀ, ਆ ਕਰਕੇ ਫੁੱਲ ਕੇ ਸਰੀਰ ਕਿੰਨਾ ਹੋ ਗਿਆ ਭਾਰਾ, ਤੜਫਦੇ ਸੀ, ਬਹੁਤ ਜ਼ਿਆਦਾ ਤੜਫਿਆ, ਬਹੁਤ ਜ਼ਿਆਦਾ। ਸਵੇਰ 4 ਵਜੇ ਲੈ ਕੇ ਗਏ ਅਤੇ ਜਾਂਦੇ ਜਾਂਦੇ ਪੂਰਾ ਹੋ ਗਿਆ। ਉਲਟੀਆਂ ਕਾਲੀਆਂ ਕੀਤੀਆਂ ਤਾਂ ਹੀ ਕਰਕੇ। ਤੇ ਉਦੋਂ ਧਾਰਮਿਕ ਸਥਾਨ ਦੇ ਸਕੱਤਰ ਨੇ ਕਿਹਾ ਕਿ ਇਲਾਕੇ ਵਿੱਚ ਕਿਸੇ ਘਰ ਹੋਏ ਪ੍ਰੋਗਰਾਮ ਦੇ ਵਿੱਚ ਬੱਚੇ ਕੜਾਹ ਪ੍ਰਸ਼ਾਦ ਨੂੰ ਇੱਥੇ ਦਿੱਤਾ ਗਿਆ ਸੀ, ਜਿਸ ਨੂੰ ਅੱਗੇ ਵਰਤਾਇਆ ਗਿਆ ਤੇ ਅੱਗੇ ਤੋਂ ਅਜਿਹਾ ਨਹੀਂ ਕੀਤਾ ਜਾਵੇਗਾ। ਕੱਲ ਦੁਪਹਿਰੇ ਅਜੀਤ ਸਿੰਘ ਦੇ ਸਾਲਬੰਦੀ ਬੱਚੇ ਦੀ ਉੱਥੇ ਸਾਨੂੰ ਬੁਲਾਇਆ ਗਿਆ ਸੀ, ਔਰ ਜੋ ਦੁਕਾਨਾਂ ਲੱਗੇ ਉੱਥੇ ਬੁਲਾਇਆ ਗਿਆ ਸੀ। ਇੱਥੇ ਆਏ ਹਾਂ, ਭੋਗ ਪਿਆ, ਪ੍ਰਸ਼ਾਦ ਵੱਧ ਗਿਆ ਕਾਫੀ, ਸੰਗਤ ਥੋੜ੍ਹੀ ਆਈ ਅਤੇ ਮੈਂ ਉਹਨੂੰ ਕਿਹਾ ਬੱਚੇ ਨੂੰ ਆਪਣਾ ਕਾਕੇ ਨੂੰ ਵਰਤਾਇਆ ਸੀ, ਬਾਬੇ ਲੜਕੇ ਨੂੰ ਵਰਤਾਇਆ ਸੀ, ਮੈਂ ਵੀ ਦੁਪਹਿਰ ਸੰਗਤ ਥੋੜ੍ਹੀ ਆ ਅਤੇ ਪ੍ਰਸ਼ਾਦ ਬਹੁਤ ਜ਼ਿਆਦਾ ਅਤੇ ਸਾਰੇ ਡਬਲ ਵਰਤਾ ਦੇ। ਕਹਿੰਦਾ ਕੋਈ ਨਹੀਂ ਲੈਂਦਾ ਪਿਆ, ਕਹਿੰਦੇ ਸਵਾਏ ਸਾ ਦਿਓ ਇੰਨੇ, ਤਾਂ ਬਾਬਾ ਕਹਿੰਦਾ ਚਲੋ ਗੁਰਦੁਆਰਾ ਲਾਏ ਨੇ ਵਰਤਾ ਦਿੰਦੇ, ਬਸ ਇੰਨੀ ਗੱਲ ਹੋਈ ਗੁਰਦੁਆਰੇ। ਫਿਰ ਉਹ ਬਾਬਾ ਕਹਿੰਦਾ ਉਹ ਆਪ ਪਹੁੰਚਾ ਗਏ ਨੇ ਬਾਅਦ 'ਚ, ਮੈਂ ਨਹੀਂ ਖੜਿਆ, ਬਾਅਦ 'ਚ ਆਪ ਪਹੁੰਚਾ ਗਏ। ਤੇ ਉੱਧਰ ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰੀ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਨਗਰ ਦੇ ਵਿੱਚ ਘਟਨਾ ਵਾਪਰੀ ਆ ਕਿ ਪ੍ਰਸ਼ਾਦ ਖਾ ਕੇ ਕੁਛ ਬੱਚੇ ਬਿਮਾਰ ਹੋ ਗਏ ਨੇ, ਹੋਸਪਿਟਲ ਦਾਖਲ ਨੇ, ਬੜੀ ਦੁਖਦਾਈ ਘਟਨਾ ਹੈ। ਉਹ ਗ੍ਰੰਥੀ ਨੂੰ ਆਪਾਂ ਰਾਊਂਡ ਅਪ ਕੀਤਾ ਅਤੇ ਉਹ ਤੋਂ ਪੁੱਛਗਿੱਛ ਜਾਰੀ ਹੈ, ਜੋ ਵੀ ਅਸਲੀ ਨਤੀਜੇ ਨਿਕਲਣਗੇ, ਜੋ ਤਫਤੀਸ਼ ਦੇ ਵਿੱਚ ਰੁੱਖ ਹੋਏਗਾ, ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਏਗੀ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ, ਚੈਨਲ 2।